सो गुड मॉर्निंग जी, गुड मॉर्निंग फ्रॉम हेलो, लेट्स गो फॉर राइड। ਸਵਾਪਾ ਜੀ, ਤੁਰਤੁਕ ਪਿੰਡ ਜਿਹੜਾ ਸੀਗਾ ਉਹ ਸਾਰੇ ਘੁੰਮ ਕੇ ਆ ਗਏ ਆ। ਕੱਲ ਵਾਲੀ ਵੀਡੀਓ ਆਪਾਂ ਇੱਥੇ ਛੱਡੀ ਸੀਗੀ ਤੇ ਅੱਜ ਦੀ ਵੀਡੀਓ ਆਪਾਂ ਇੱਥੋਂ ਹੀ ਚੱਕ ਲੈਣੀ ਹੈ। ਸੋ ਅੱਜ ਦਿਨ ਹੋ ਗਿਆ ਜੀ ਸੋਮਵਾਰ 18 ਤਰੀਕ ਸਤੰਬਰ ਮਹੀਨਾ 2023। ਸੋ ਅੱਜ ਕੀ ਸਫ਼ਰ ਕਰਨਾ ਹੈ ਅਸੀਂ? ਇੱਕ ਤਾਂ ਬੈਕ ਟੂ ਉਸੇ ਰੋਡ ਤੋਂ ਜਾਣਾ ਹੈ ਹੁੰਦਰ ਤੱਕ, ਹੁੰਦਰ ਤੋਂ ਬਾਅਦ ਪਨਾਮਿਕ ਤੱਕ ਜਾਇਆ ਜਾਊਗਾ। ਤੇ ਤੁਹਾਨੂੰ ਨਾ ਉਹ ਜਿਹੜੇ ਲੈਂਡਸ ਰੇਤੇ ਦੀ ਆ ਸੈਂਡ ਡਿਊਨਸ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸੋ ਆਪਾਂ ਜੀ ਆਪਣਾ ਸਫ਼ਰ ਸ਼ੁਰੂ ਕਰਤਾ ਤੇ ਆਪਾਂ ਤੁਰਤੁਕ ਪਿੰਡ ਦੇ ਵਿੱਚੋਂ ਨਿਕਲ ਰਹੇ ਹਾਂ। ਕੋਈ ਸਮਾਂ ਸੀ ਜਦੋਂ ਆਪਾਂ ਆਏ ਸੀਗੇ, ਆਪਾਂ ਨੂੰ ਕੋਈ ਨੌਲੇਜ ਨਹੀਂ ਸੀ, ਹੁਣ ਆਪਾਂ ਜਾ ਰਹੇ ਹਾਂ ਤਾਂ ਆਪਾਂ ਨੂੰ ਕਿੰਨੀ ਨੌਲੇਜ ਹੈ ਕਿ ਇਸ ਪਿੰਡ ਦੇ ਵਿੱਚ ਜਿੰਨੇ ਬੰਦੇ ਰਹਿੰਦੇ ਨੇ ਸਾਰੇ ਪਾਕਿਸਤਾਨੀ ਨੇ, ਬਾਲਿਸਤਾਨ ਦੇ ਲੋਕ ਨੇ, ਹਨਾ। ਹਾਂਜੀ, ਕਿਆ ਬਾਤ ਹੈ। ਸੋ ਅੱਜ ਦਾ ਸਫ਼ਰ ਆਪਣਾ ਇੱਥੋਂ ਪਹਿਲਾਂ ਤਾਂ ਇੱਕ ਹੁੰਦਰ ਹੋ ਗਿਆ ਜਿੱਥੇ ਆਪਾਂ ਰਾਤ ਨੂੰ ਟੈਂਟ ਲਾਇਆ ਸੀ, ਉੱਥੇ ਦੇ ਉਹ ਰੇਤੇ ਵਾਲੇ ਦਿਖਾਉਣੇ ਨੇ। ਸੋ ਹੁੰਦਰ ਤੋਂ ਬਾਅਦ ਆਪਾਂ ਪਨਾਮਿਕ ਜਾਵਾਂਗੇ। ਸੁਣਦੇ ਹਾਂ ਕਿ ਪਨਾਮਿਕ ਹੌਟ ਸਪ੍ਰਿੰਗ ਦੇ ਚਸ਼ਮੇ ਨੇ। ਹਾਂਜੀ, ਤੇ ਇੱਕ ਹੋਰ ਕਿਹੜਾ ਪਿੰਡ ਹੈ ਨਾਲ? ਸਮੂਰ। ਸਮੂਰ ਪਿੰਡ ਹੈ, ਉੱਥੇ ਵੀ ਗਰਮ ਪਾਣੀ ਨਿਕਲਦਾ ਹੈ ਜ਼ਮੀਨ ਦੇ ਵਿੱਚੋਂ, ਅਤੇ ਉਹ ਵੀ ਤੁਹਾਨੂੰ ਦਿਖਾਇਆ ਜਾਊਗਾ। ਪਰ ਉਸ ਤੋਂ ਪਹਿਲਾਂ ਆਪਾਂ ਸਫ਼ਰ ਕਰਦੇ ਹਾਂ ਉਸੇ ਰੋਡ ਤੋਂ ਜਿਸ ਰੋਡ ਤੋਂ ਆਪਾਂ ਕੱਲ੍ਹ ਪਰਸੋਂ ਆਏ ਸੀਗੇ, ਅਤੇ ਇਸ ਰੋਡ 'ਤੇ ਜਿਹੜੀ ਇਨਫੋਰਮੇਸ਼ਨ ਦੇਣ ਵਾਲੀਆਂ ਚੀਜ਼ਾਂ ਅਸੀਂ ਛੱਡੀਆਂ ਸੀਗੀਆਂ ਉਹ ਵੀ ਕੈਪਚਰ ਕਰਾਂਗੇ। ਹਾਂਜੀ, ਚਲੋ ਜੀ, ਚੱਲਦੇ ਚੱਲਦੇ ਆਪਾਂ ਰੁਕੇ ਹਾਂ ਇੱਕ ਵਿਊ ਦਿਖਾਉਣ ਲਈ, ਅਤੇ ਆਪਾਂ ਖੜ੍ਹੇ ਹਾਂ ਜੀ ਬੋਗਦਾਂਗ ਪਿੰਡ 'ਚ। ਬੋਗਦਾਂਗ ਪਿੰਡ ਦੇ ਵਿੱਚ ਨਾ, ਅਤੇ ਵਿਊ ਦੇਖੋ ਕਿੰਨਾ ਸੋਹਣਾ ਹੈ ਇੱਧਰ। ਵਾਹ ਜੀ ਵਾਹ, ਇੱਕ ਤਾਂ ਪਾਣੀ ਉੱਤੋਂ ਆਉਂਦਾ ਬੜਾ ਸੋਹਣਾ ਲੱਗਦਾ, ਉੱਥੋਂ ਇੱਕ ਝਰਨਾ ਬਣਿਆ ਬੜਾ ਸੋਹਣਾ ਲੱਗਦਾ। ਥੋੜ੍ਹਾ ਅੱਗੇ ਜਾ ਕੇ ਨਾ ਲਾਗੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ, ਚਲੀਏ। ਚਲੋ, ਸੋ ਇੱਥੇ ਤੱਕ ਆ ਹੁੰਦਾ, ਇਸ ਤੋਂ ਉੱਪਰ ਨਹੀਂ ਜਾ ਸਕਦੇ ਆਪਾਂ। ਵਿਊ ਵੈਸੇ ਆ ਦਰਖਤ ਨੇ ਲਕੋ ਲਿਆ, ਇਹ ਤਾਂ ਬਹੁਤ ਸੋਹਣਾ ਆਉਣਾ ਸੀ ਨਾ ਉੱਪਰੋਂ। ਉੱਥੋਂ ਪਾਣੀ ਆਉਂਦਾ, ਹਾਂ ਬਹੁਤ ਤੇਜ਼ ਹੈ ਨਾ ਮੈਨੇ ਫਲੋ ਪਾਣੀ ਦਾ। ਵਾਹ ਜੀ ਵਾਹ। ਸੋ ਆ ਜਾਓ ਜੀ, ਬੈਕ ਟੂ ਰੋਡ 'ਤੇ ਚੱਲਦੇ ਹਾਂ। ਵਾਹਿਗੁਰੂ ਜੀ। ਸੋ ਇੱਥੇ ਦੇਖ ਲਓ ਕਿੰਨੀ ਲਾਗੇ ਆ ਜਾਂਦੀ ਆ ਸ਼ਿਓਕ ਰਿਵਰ। ਅਤੇ ਆਪਾਂ ਨਾ ਤੁਹਾਨੂੰ ਇੱਥੇ ਥੋੜ੍ਹੇ ਜਿਹੇ ਜਾਨਵਰਾਂ ਦਾ ਦੱਸ ਦਿੰਦੇ। ਇੱਥੇ ਨਾ 6 ਤਰ੍ਹਾਂ ਦੇ ਜਾਨਵਰ ਪਾਏ ਜਾਂਦੇ ਨੇ, ਜਿਹਨਾਂ ਵਿੱਚੋਂ ਗਧਾ, ਘੋੜਾ, ਗਾਂ, ਯਾਕ, ਬੱਕਰੀ ਅਤੇ ਭੇਡ। ਭੇਡ, ਇਹ 6 ਜਾਨਵਰ ਪਾਏ ਜਾਂਦੇ ਆ, ਜਿਹਨਾਂ ਵਿੱਚੋਂ 2 ਜਾਨਵਰ ਤਾਂ ਬੰਦਿਆਂ ਦੇ ਕੋਲ ਰਹਿੰਦੇ ਨੇ। ਇੱਕ ਤਾਂ ਜਿੱਦਾਂ ਮੱਝ ਗਾਂ ਹੋ ਗਈ, ਹਾਂ, ਅਤੇ ਇੱਕ ਗਧਾ। ਅਤੇ ਮੱਝ ਗਾਂ ਦੁੱਧ ਲਈ, ਅਤੇ ਜਿਹੜਾ ਗਧਾ ਹੋ ਗਿਆ ਉਹ ਸਮਾਨ ਢੋਣ ਦੇ ਲਈ, ਚਾਹੇ ਲਗੇਜ ਆ ਚਾਹੇ ਕੋਈ ਵੀ ਚੀਜ਼ ਹੈ ਉਹ ਢੋਣ ਦੇ ਲਈ। ਅਤੇ ਜਿਹੜੇ 4 ਹੋਰ ਜਾਨਵਰ ਨੇ ਉਹ ਨਾ ਪਹਾੜਾਂ ਦੇ ਕਾਫੀ ਉੱਪਰ ਚੱਲ ਜਾਂਦੇ ਨੇ ਸਮਰ 'ਚ, ਅਤੇ ਉਹ ਘਾਹ ਚਰਦੇ ਨੇ, ਜਿੱਦਾਂ ਬੱਕਰੀ ਹੋ ਗਈ, ਭੇਡੂ ਹੋ ਗਿਆ, ਫਿਰ ਯਾਕ ਹੋ ਗਿਆ, ਅਤੇ ਘੋੜਾ ਹੋ ਗਿਆ ਜੀ। ਇਹ ਇਨਫੋਰਮੇਸ਼ਨ ਆਪਾਂ ਨੂੰ ਲੋਕਲ ਤੋਂ ਮਿਲੀ ਸੀਗੀ ਵੀ ਇਹ ਹੀ ਆ ਜਾਨਵਰ ਜਿਹੜੇ ਇੱਥੇ ਰੱਖੇ ਜਾਂਦੇ ਨੇ। ਬਾਕੀ ਕੁੱਕੜ ਕਾਕੜ ਤਾਂ ਕੋਈ ਕੋਈ ਰੱਖਦਾ ਏ, ਟਾਵਾਂ ਟਿੱਕਾ ਹੀ ਹੈ ਨਾ। ਅਤੇ ਹੁਣ ਇਹ ਨਾ ਕਿਹਾ ਕਿ ਕੁੱਤਾ ਨਹੀਂ ਕਿਹਾ, ਕੁੱਤੇ ਵੀ ਹੈਗੇ ਨੇ, ਪਰ ਇਹ 6 ਜਾਨਵਰ ਨੇ ਜਿਹੜੇ ਕੰਮ ਆਉਣ ਵਾਲੇ ਨੇ। ਆਪਾਂ ਕਾਫੀ ਸਫ਼ਰ ਕਰ ਲਿਆ ਏ, ਅਤੇ ਹੋਰ ਸਫ਼ਰ ਕਰਦੇ ਨਾਲੇ ਇਨਫੋਰਮੇਸ਼ਨ ਦਿੰਦੇ ਤੁਹਾਨੂੰ। ਏਰੀਆ ਉੱਧਰ ਰਹਿ ਗਿਆ ਸੀ ਦਿਖਾਉਣ ਤੋਂ, ਇਹ ਏਰੀਆ ਸੋਹਣਾ ਬਹੁਤ ਜ਼ਿਆਦਾ ਏ। ਅਤੇ ਇੱਥੇ ਨਾ ਰੈੱਡ ਕਲਰ ਦੇ ਪੱਥਰ ਪਏ ਨੇ, ਅਤੇ ਪੱਥਰਾਂ ਨੂੰ ਬਹੁਤ ਟਾਈਮ ਲੱਗ ਗਿਆ ਉੱਪਰੋਂ ਰੁੜ ਰੁੜ ਕੇ ਥੱਲੇ ਨੂੰ ਆਉਂਦਿਆਂ ਨੂੰ, ਹੈ ਨਾ। ਅਤੇ ਹੁਣ ਤੁਸੀਂ ਆਹ ਵਿਊ ਦੇਖਿਓ, ਇੱਦੂ ਗਾਹਾਂ ਜਿਹੜੇ ਆਉਣੇ ਨੇ। ਇੱਕ ਰੋਡ ਵੀ ਬਹੁਤ ਸਮੂਥਲੀ ਕੱਢਿਆ ਆ ਇੱਥੋਂ, ਜਾਣਕਾਰੀ ਕੋਈ ਨਹੀਂ ਹੈਗੀ ਇਹਦੇ ਵਿੱਚ, ਬਸ ਇੱਕ ਇਹ ਹੈ ਕਿ ਬਿਊਟੀ ਦੇਖਿਓ ਤੁਸੀਂ, ਕਿਆ ਬਿਊਟੀ ਹੈ। ਕਿਉਂਕਿ ਇਹਨਾਂ ਏਰੀਆ 'ਚ ਦੇਖੋ ਹੁੰਦਰ ਦਾ ਏਰੀਆ ਆਉਂਦਾ, ਪੂਰਾ ਰੇਗਿਸਤਾਨ ਦਾ ਆਉਂਦਾ, ਆਹ ਏਰੀਆ ਦਾ ਪੂਰਾ ਰੈੱਡ ਪੱਥਰਾਂ ਦਾ ਆਉਂਦਾ। ਆਹ ਦੇਖ ਲਓ ਸਾਹਮਣੇ ਕਿੰਨੇ ਪੱਥਰ ਆ ਮੰਨੇ, ਵਾਹ ਸੋਹਣਾ ਆ ਏਰੀਆ ਇਹ ਨਾ। ਇਹ ਸਾਰੇ ਪੱਥਰ ਨਾ ਉੱਥੋਂ ਉੱਪਰ ਰੁੜ ਰੁੜ ਕੇ ਆਏ ਹੋਇਆ, ਅਤੇ ਕਾਫੀ ਟਾਈਮ ਲੱਗ ਕੇ ਇਹ ਚੀਜ਼ ਬਣੀ ਹੋਇਆ ਮੰਨੇ, ਉੱਦਾਂ ਹੀ ਨਹੀਂ ਬਣ ਗਏ ਨਾ। ਜਦੋਂ ਆਪਾਂ ਚਾਂਗਮਾਰ ਨੂੰ ਕ੍ਰੋਸ ਕਰ ਜਾਈਦਾ ਤਾਂ ਫਿਰ ਹੈ ਨਾ ਇੱਦਾਂ ਘਰ ਪਾਇਓ ਦੀਰੇ ਨੇ, ਇਹ ਵੀ ਗੂਗਲ ਦੇ ਉੱਤੇ ਸ਼ੋ ਨਹੀਂ ਹੋ ਰਹੇ ਕਿ ਇਸ ਪਿੰਡ ਦਾ ਨਾਮ ਕੀ ਹੈ। ਪਰ ਇਹ ਮਿਲਟਰੀ ਨਾ ਨਵੇਂ ਘਰ ਪਵਾ ਰਹੀ ਆ, ਨਵੇਂ ਲੋਕ ਵੱਸ ਰਹੇ ਨੇ ਇਸ ਜਗ੍ਹਾ 'ਤੇ। ਆ ਦੇਖ ਲਓ ਕਿੱਦਾਂ ਘਰ ਪਏ ਨੇ,
ਕਿਉਂਕਿ ਖਾਲੀ ਏਰੀਆ ਸੀ ਹੁਣ ਇੱਥੇ ਬੱਸੋਂ ਹੋ ਜਾਣੀ ਆ ਆਉਣ ਵਾਲੇ ਟਾਈਮ 'ਚ ਤੁਹਾਨੂੰ ਇੱਥੇ ਵੀ ਖਾਣ ਪੀਣ ਦੀਆਂ ਸ਼ਾਪਾਂ ਮਿਲੂਗੀਆਂ ਹਾਂ ਜ਼ਰੂਰ ਜੀ ਅਤੇ ਤੁਸੀਂ ਦੇਖ ਲਓ ਘਰ ਸੋਹਣੇ ਕਿੰਨੇ ਲੱਗਦੇ ਆ ਹੈ ਨਾ ਹੋਰ ਕਿਆ ਬਾਤ ਹੈ ਕਾਫੀ ਏਰੀਆ ਕਵਰ ਹੋ ਜਾਣਾ ਨਾ ਹਾਂ ਬਹੁਤ ਜ਼ਿਆਦਾ ਮੰਨੇ ਅਤੇ ਉੱਪਰ ਮੌਸਮ ਵੀ ਬਹੁਤ ਜ਼ਿਆਦਾ ਸੋਹਣਾ ਹੈ ਦੇਖ ਲਓ ਕਿੱਦਾਂ ਲਾਈਨਾਂ ਜਿਹੀਆਂ ਬਣੀਆਂ ਦੇਖਿਓ ਹਵਾ ਜਿੱਦਾਂ ਚੱਲਦੀ ਹੁੰਦੀ ਆ ਦੇਖ ਏਰੀਆ ਬਹੁਤ ਸੋਹਣਾ ਹੈ ਬਈ ਸਾਫ਼ ਸੁਥਰਾ ਹੈ ਵਾਹ ਜੀ ਵਾਹ ਸੋ ਇੱਕ ਨਾ ਇੱਥੇ ਆਹ ਏਰੀਆ ਵੀ ਆਉਂਦਾ ਹੈ ਬਹੁਤ ਜ਼ਿਆਦਾ ਸੋਹਣਾ ਹੈ ਪੁਲ ਲੰਘਦਾ ਹੈ ਅਤੇ ਇੰਨੀ ਠੰਡੀ ਹਵਾ ਚੱਲਦੀ ਹੈ ਨਾ ਇੱਥੇ ਗੱਲਾਂ ਹੀ ਛੱਡ ਦਿਓ ਵਾਹਿਗੁਰੂ ਜੀ ਸੋ ਇੱਧਰਲਾ ਵਿਊ ਦੇਖਿਓ ਥੱਲੜਾ ਅਤੇ ਇੱਧਰਲਾ ਵਿਊ ਦੇਖਿਓ ਵਾਹਿਗੁਰੂ ਜੀ ਹੁੰਦਰ ਤੱਕ ਦਾ ਸਫ਼ਰ 4 ਕਿਲੋਮੀਟਰ ਦਾ ਰਹਿ ਗਿਆ ਹੈ ਅਤੇ 4 ਕਿਲੋਮੀਟਰ ਬਾਅਦ ਹੁੰਦਰ ਆ ਜਾਣਾ ਅਤੇ ਆਪਾਂ ਤੁਹਾਨੂੰ ਨਾ ਹੁੰਦਰ ਦਿਖਾਉਂਦੇ ਹਾਂ ਡਿਟੇਲ ਦੇ ਨਾਲ ਕਿ ਹੁੰਦਰ ਕਿਉਂ ਫੇਮਸ ਹੈ ਉਸ ਦਿਨ ਤਾਂ ਆਪਾਂ ਰਹਿਣ ਦਿੱਤਾ ਸੀ ਬਸ ਇਸੇ ਗੱਲ ਕਰਕੇ ਰਹਿਣ ਦਿੱਤਾ ਸੀ ਕਿਉਂਕਿ ਆਪਾਂ ਵਾਪਸੀ ਕਰਨੀ ਸੀ ਇੱਧਰ ਹਾਂ ਇਸੇ ਰੋਡ ਤੋਂ ਵਾਪਸੀ ਆਪਾਂ ਕਰਨੀ ਸੀਗੀ ਕਿਆ ਬਾਤ ਹੈ ਵੀ ਬੜਾ ਸੋਹਣਾ ਹੈ ਨਾਲ ਇਹਦੇ ਨਾ ਪਾਣੀ ਚੱਲ ਰਿਹਾ ਸਿੰਜਾਈ ਕਰਨ ਵਾਸਤੇ ਨਾ ਅਤੇ ਲੋਕਾਂ ਨੇ ਆਪਣੇ ਨੱਕੇ ਰੱਖੇ ਹੋ ਨਾ ਬਰਫ 2 ਦਿਨ ਹੋ ਗਿਆ ਕਹਿੰਦੇ ਇੱਥੇ ਮੌਸਮ ਖਰਾਬ ਹੁੰਦੇ ਨੂੰ ਤੇ ਆਹ ਆ ਗਿਆ ਜੀ ਰੇਤੇ ਦੇ ਟਿੱਲੇ ਇੰਨੇ ਤਾਂ ਅਸੀਂ ਰਾਜਸਥਾਨ ਚ ਨਹੀਂ ਦੇਖੇ ਜਿੰਨੇ ਇੱਥੇ ਆ ਮੈਂ ਨਾ ਹੁੰਦਰ ਦੇ ਵਿੱਚ 3ਜੀ ਵਾਰੀ ਆ ਚੁੱਕਾ ਆ ਪਰ ਮੈਂ ਪਹਿਲੀ ਵਾਰ ਆਇਆ ਆਹ ਰੇਤੇ ਦੇ ਟਿੱਲੇ ਦੇਖਣ 2 ਵਾਰੀ ਆਏ ਅਸੀਂ 2 ਵਾਰੀ ਨਹੀਂ ਆਏ ਇਹ ਟਿੱਲੇ ਦੇਖਣ ਅਤੇ ਕਿਆ ਖੂਬਸੂਰਤ ਨਜ਼ਾਰਾ ਹੈ ਤੁਸੀਂ ਨਾ ਆਲੇ ਦੁਆਲੇ ਦਾ ਨਜ਼ਾਰਾ ਦੇਖਿਓ ਉਹ ਸਾਹਮਣੇ ਪਹਾੜ ਦੇਖਿਓ ਪਹਿਲਾਂ ਦਾ ਕਿਆ ਮੌਸਮ ਬਣਿਆ ਹੈ ਅਤੇ ਅਸਲ ਦੇ ਵਿੱਚ ਜਿਹੜੇ ਟਿੱਲੇ ਆ ਉਹ ਆ ਠੀਕ ਹੈ ਜੀ ਅਤੇ ਇੱਥੋਂ ਉਹ 2 ਢੁੱਠਾਂ ਵਾਲੇ ਊਠ ਜਿਹੜੇ ਆ ਉਹਨਾਂ 'ਤੇ ਬਹਿ ਕੇ ਬੰਦਾ ਜਾਂਦਾ ਹੈ ਟੈਂਟ ਮੈਨੂੰ ਲੱਗਦਾ ਨੀ ਇੱਥੇ ਲੱਗੂਗਾ ਕਿਉਂਕਿ ਇੱਥੇ ਨਾ ਸਾਰਾ ਕੁਛ ਜੋ ਹੈਗਾ ਉਹ ਟੈਂਪਰੇਰੀ ਜਿਹਾ ਲੱਗਦਾ ਵੀ ਜਿੱਦਾਂ ਰਾਤ ਨੂੰ ਇਹ ਸਾਰੇ ਇੱਥੋਂ ਚਲੇ ਜਾਂਦੇ ਨੇ ਸੋ ਫਿਰ ਮੁਸ਼ਕਿਲ ਹੋ ਜਾਣਾ ਬਾਕੀ ਟਰਾਈ ਕਰਕੇ ਦੇਖਦੇ ਹਾਂ ਹਾਂਜੀ ਸੋ ਇੱਥੇ ਨਾ ਗਿਣਵੀਆਂ ਕੁ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਖਿੱਚਦੀਆਂ ਨੇ ਆਪਣੇ ਵੱਲ ਨੂੰ ਇੱਕ ਤਾਂ ਇੱਥੇ ਪਾਣੀ ਚੱਲਦਾ ਹੀ ਰਹਿੰਦਾ ਹੈ ਅਤੇ ਆਹ 2 ਕੁ ਪੁਲ ਬਣਾਏ ਹੋਏ ਨੇ ਇਹਨਾਂ ਨੇ ਅਤੇ ਇੱਥੇ ਨਾ ਰੈਸਟੋਰੈਂਟ ਵੀ ਹੈਗਾ ਹੈ ਅਤੇ ਪੁਲਿਸ ਵਾਲੇ ਵੀ ਬੈਠੇ ਨੇ ਉੱਥੇ ਅਤੇ ਆਪਾਂ ਉਹਨਾਂ ਤੋਂ ਪਤਾ ਕੀਤਾ ਉਹ ਕਹਿੰਦੇ ਨਹੀਂ ਇੱਥੇ ਟੈਂਟ ਤਾਂ ਲਾਉਣ ਹੀ ਨਹੀਂ ਦਿੰਦੇ ਹੈ ਨਾ ਮਨਾਇਆ ਪੂਰੀ ਮਨਾਹੀ ਹੈ ਹਾਂਜੀ ਕਹਿੰਦੇ ਕੈਂਪਿੰਗ ਸਾਈਟਾਂ ਬਣੀਆਂ ਆ ਅੰਦਰ ਸ਼ਹਿਰ ਦੇ ਹਾਂ ਤੁਸੀਂ ਉੱਥੇ ਜਾ ਕੇ ਲਾ ਸਕਦੇ ਹੋ ਇੱਥੇ ਨਹੀਂ ਲਾਉਣਾ ਸਹੀ ਹੈ ਜੀ ਚਲੋ ਕੋਈ ਨਹੀਂ ਆਪਾਂ ਦੇਖ ਲੈਂਦੇ ਕੋਈ ਪੁਆਇੰਟ ਟੈਂਟ ਲਾਉਣ ਨੂੰ ਅਤੇ ਇੱਥੇ ਨਾ ਲੋਕ ਸ਼ੂਜ਼ ਲਾ ਕੇ ਬਹਿੰਦੇ ਨੇ ਪਾਣੀ ਮੈਂ ਪਹਿਲਾਂ ਮਨ ਨੂੰ ਮੈਂ ਕਿਹਾ ਦੇਖ ਕੇ ਆਈ ਤਾਂ ਗਰਮ ਹੈ ਕਿ ਠੰਡਾ ਹੈ ਪਾਣੀ ਠੰਡਾ ਹੈ ਪਰ ਪਤਾ ਨਹੀਂ ਕੀ ਲੌਜਿਕ ਹੈ ਸਮਝ ਨਹੀਂ ਲੱਗਦੀ ਕਿਉਂ ਬਹਿੰਦੇ ਨੇ ਸਾਰੇ ਕਿਆ ਬਾਤ ਹੈ ਸੋ ਇੱਥੇ ਵਾਸ਼ਰੂਮਸ ਵੀ ਬਣੇ ਹੋਏ ਨੇ ਸੋ ਇੱਥੇ ਨਾ ਹੋਰ ਵੀ ਕਈ ਐਕਟੀਵਿਟੀਜ਼ ਨੇ ਜਿੱਦਾਂ ਇੱਥੇ ਨਾ ਤੀਰ ਕਮਾਨ ਦਿੱਤੇ ਹੋਏ ਨੇ ਅਤੇ ਇਹ ਸਾਹਮਣੇ ਟਾਨੇ ਲਾਉਂਦੇ ਆ ਅਤੇ ਇਹਦਾ ਕੀ ਸਿਸਟਮ ਹੈ ਉਹ ਤਾਂ ਆਪਾਂ ਨੂੰ ਪਤਾ ਨਹੀਂ ਹੈਗਾ ਪਰ ਆਪਾਂ ਨਾ ਊਂਠਾਂ ਦੇ ਬਹੁਤ ਲਾਗੇ ਪਹੁੰਚ ਚੁੱਕੇ ਹਾਂ ਸੋ ਤੁਹਾਨੂੰ ਊਂਠ ਦਿਖਾਉਂਦੇ ਹਾਂ ਜੀ ਜਾ ਕੇ ਬੋਤਾ ਪੰਜਾਬੀ ਦੇ ਵਿੱਚ 2 ਢੁੱਠਾਂ ਵਾਲੇ ਬੋਤੇ ਦਿਖਾਉਂਦੇ ਹਾਂ ਅਤੇ ਮੈਨੂੰ ਲੱਗਦਾ ਨਾ ਟਿਕਟ ਕਾਊਂਟਰ ਇੱਧਰ ਹੈ ਇਹਦੇ ਉੱਪਰ ਲਿਖਿਆ ਹੋਇਆ ਸੈਂਟਰਲ ਏਸ਼ੀਅਨ ਕੈਮਲ ਸਫਾਰੀ ਹਾਂਜੀ ਸੋ ਉਹ ਵੀ ਆਪਾਂ ਪਤਾ ਕਰਦੇ ਹਾਂ ਪਹਿਲਾਂ ਆਪਾਂ ਦੇਖ ਆਈਏ ਜਾ ਕੇ ਊਂਠਾਂ ਨੂੰ ਯਾਨੀ ਕਿ ਬੋਤਿਆਂ ਨੂੰ ਇਹ ਨਾ ਟਿਕਟ ਕਾਊਂਟਰ ਹੈ ਅਤੇ ਆਪਾਂ ਇੱਥੋਂ ਟਿਕਟ ਲੈ ਲਈ ਹੈ ਅਤੇ ਸਵੇਰ ਨੂੰ 9 ਵਜੇ ਤੋਂ ਲੈ ਕੇ 12 ਵਜੇ ਤੱਕ ਰਾਈਡ ਕਰਾਉਂਦੇ ਨੇ ਅਤੇ ਦੁਪਹਿਰ ਨੂੰ 3 ਵਜੇ ਤੋਂ ਲੈ ਕੇ 6 ਵਜੇ ਤੱਕ ਅਤੇ ਇਹਦਾ ਨਾ 1 ਕਿਲੋਮੀਟਰ ਦਾ 350 ਪ੍ਰਾਈਜ਼ ਹੈ ਅਤੇ 2 ਕਿਲੋਮੀਟਰ ਦਾ 500 ਪ੍ਰਾਈਜ਼ ਹੈ ਠੀਕ ਹੈ ਜੀ ਅਤੇ ਚੱਲਦੇ ਹਾਂ ਜੀ ਫਿਰ ਵੈਸੇ ਤਾਂ ਅਸੀਂ ਰਾਈਡਾਂ ਬਹੁਤ ਘੱਟ ਲਈ ਦੀਆਂ ਨੇ ਹਾਫ ਇੰਡੀਆ ਘੁੰਮ ਚੁੱਕੇ ਹਾਂ ਪਰ ਅੱਜ ਦਿਲ ਕੀਤਾ ਹੈ ਨਾ ਮੌਸਮ ਵੀ ਸੋਹਣਾ ਹੈ ਪਹੁੰਚ ਗਏ ਆਪਾਂ ਲੋਰਡਸ ਆਫ ਕੈਮਲਾਂ ਦੇ ਵਿੱਚ ਅਤੇ ਥੋੜ੍ਹੀ ਜਿਹੀ ਇਹਦੇ ਬਾਰੇ ਜਾਣਕਾਰੀ ਦੇ ਦਿੰਦੇ ਹਾਂ ਪਰ ਸੋਹਣੇ ਕਿੰਨੇ ਨੇ ਮੰਨੇ ਹੈ ਲੱਗਦੇ ਨੇ ਇੰਡੀਆ ਦੇ
सो ये ना सेंट्रल एशिया ते मंगोलिया दे नेटिव है, जानी के ये ना रिश्तेदार ही ने आपस दे विच, ते वैसे अफगानिस्तान च पाए जाते ने। हेलो, दो जने हम। सो बाकी जेडे ये ऊंट ने इत्थे ना नुबरा दी आह सैंड ड्यून्स दे विच ना एक लून जिही दी तरह दा ना पदार्थ है जिहड़ा जमीन ते खिल रहा हुंदा, ते टेस्ट भी उहदा लून वर्गा ही आ, ते इह जिहड़े ऊंट है उस लून नूं चटदे आ। मेवे एक इनका दो इनका, ठीक है, चार, चलो चलो जी। सारे सो अपने वाला आया शेर बग्गा भाई सिटी ना अच्छा ठीक है ओए रब्बा। सो महाराज इन्हां नूं उठ खड़ लैण दिओ ते फिर मिलदे आ तुहानूं। इन्हां ने सारिआं नूं हैना आपस च बन्न दित्ता है, ते इन्हां ने इक तौरी जाणा है, ते सारे मगर मगर जाणगे हैना। सही गल है, इह उठण लगे किद्दां प्रैशर पिछे नूं पाउणा पैंदा ना, इद्दां मूंह नूं सिट्टू। हां सही है, मैं तां इद्दां लाला साल चढ़ किथे गए हवा च लमका सुट्टिआ है। वाहिगुरू। चलो जी गेड़ी कट के आने हुण कमान बहुत गलत हाथ बंदे दे यार पर ए हैगा कि हरेक राइड दा ना एक्सपीरियंस लेना चाहिदा है ना। हां जी सही गल है, सही गल है ना। मतलब अरे शाबाश है शेर वगे दे नहीं रीसा तेरिया ਮਾਨਵੀ ਮੱਲੇ ਵੀ ਫਿਕਰ ਮੋਟਰਸਾਈਕਲ ਦਾ ਹੀ ਆ। ਇਦਾਂ ਹੀ ਆ, ਸਮਾਨ ਸਾਰਾ ਉੱਤੇ ਆ। ਸਹੀ ਆ ਜੀ, ਇਹਨਾਂ ਤਾਂ ਝੂਟਾ ਦੇ ਕੇ ਬੱਸ ਕਰਨਾ। ਚਲੋ ਜੀ ਸਾਈਕਲ ਤੋਂ ਮੋਟਰਸਾਈਕਲ ਤੇ, ਤੇ ਹੁਣ ਊਂਟ ਤੇ। ਮੰਨੇ ਜੇ ਇਹਦੀ ਸਵਾਰੀ ਕਰਕੇ ਜਾਣਾ ਪਵੇ ਆਲ ਇੰਡੀਆ ਕਰਨ, ਜ਼ਿੰਦਗੀ ਨਿਕਲ ਜਾਣੀ। ਵਾਹਿਗੁਰੂ ਜੀ, ਪਰ ਮਜ਼ਾ ਆ ਰਿਹਾ ਹੈ ਨਾ। ਹਾਂ, ਮਾਰੂਥਲ ਦੇ ਵਿੱਚ ਆ ਚੁੱਕੇ ਹਾਂ ਰੇਤੇ ਦੇ ਵਿੱਚ, ਤੇ ਆਪਣੇ ਨਾਲ ਹੋਰ ਵੀ ਕਈ ਢੁੱਲ ਚੱਲ ਰਹੇ ਨੇ। ਕਿਆ ਬਾਤ ਹੈ ਮਨਕੌਰ ਜੀ, ਕੋਈ ਐਕਸਪੀਰੀਅੰਸ ਦੱਸਣਾ ਹੋਵੇ? ਐਕਸਪੀਰੀਅੰਸ ਫਸਟ ਟਾਈਮ ਕੀਤਾ, ਮਜ਼ੇਦਾਰ ਰਿਹਾ, ਮਜ਼ੇਦਾਰ ਰਿਹਾ। ਡਰ ਲੱਗਦਾ ਸੀ ਪਰ ਉਹ ਚੀਜ਼ ਨਿਕਲ ਗਈ, ਡਰ ਨਿਕਲ ਗਿਆ। ਹਲੇ ਇਹਨੇ ਬਹਿਣਾ ਆ, ਤੂੰ ਬਹਿਣ ਲੱਗੇ ਨਾ ਮੂੰਹ ਭਰਨੇ ਗੱਡ ਹੋ ਜਾਈ। ਹਾਏ ਰੱਬਾ। ਸੋ ਥੋੜ੍ਹਾ ਜਿਹਾ ਨਾ ਡਿਊਨਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ। ਇਹ ਜਿਹੜੇ ਡਿਊਨਸ ਆ ਨਾ, ਇਹ ਓਰੇਸ਼ੀਅਨ ਪਲੇਟ ਅਤੇ ਇੰਡੀਅਨ ਪਲੇਟ ਦਾ ਜਦੋਂ ਕੋਲਾਈਡ ਹੋਇਆ ਸੀ ਨਾ, ਇਹ ਉਦੋਂ ਬਣੀਆਂ ਸੀਗੀਆਂ। ਅਤੇ ਥੋੜ੍ਹੀ ਜਿਹੀ ਗੱਲ ਤੁਹਾਡੇ ਨਾਲ ਰਾਈਡ ਦੀ ਕਰ ਲੈਂਦੇ ਹਾਂ। ਸੋ ਆਪਾਂ ਨੂੰ ਨਾ ਉਹ ਲਾਲ ਝੰਡੇ ਜਿਹੇ ਤੱਕ ਲੈ ਕੇ ਜਾਣਾ, ਇਹਨਾਂ ਨੇ ਬਸ ਕਿਲੋਮੀਟਰ ਏ ਘੁਮਾਉਣਾ ਹੈ, ਦੇ 500 ਰੁਪਈਆ ਦਿੰਦੇ, ਫਿਰ ਇਹਨਾਂ ਨੇ 2 ਕਿਲੋਮੀਟਰ ਘੁਮਾਉਣੇ ਸੀ। ਚਲਾਕ ਦੇਖਿਆ ਕਿੰਨੇ ਆ, ਇੱਦਾਂ ਹੀ ਜੀ ਕਿੱਦਾਂ ਫੂ ਫੂ ਕਰਨ ਲੱਗਾ ਵਾਲਾ, ਸਾਹ ਚੜ ਗਿਆ ਉਹਨੂੰ, ਤੇਰੇ ਵਾਲਾ ਕਰਦਾ ਹੋਣਾ, ਕਹਿੰਦਾ ਹੋਣਾ ਕੁਆਂਟਲ ਭਾਰ ਪਿਆ ਉੱਪਰ, ਆਹ ਵਾਲਾ ਤੁਹਾਡੇ ਵਾਲਾ ਕਰਦਾ। ਨਹੀਂ ਨਹੀਂ ਇਹ ਵਿਚਾਰਾ ਠੀਕ ਨਹੀਂ ਹੈਗਾ, ਬਿਮਾਰ ਆ ਥੋੜ੍ਹਾ ਜਿਹਾ। ਅੱਛਾ, ਹਾਂ ਇਹਨੂੰ ਇਹਨੂੰ ਆਹ ਸਹਾਰ ਦਾ ਮੈਂ ਕੀ ਕਹਿ ਦਿੰਦੇ ਆ, ਸਹਿਲਾਉਣਾ ਸਹਿਲਾਉਣਾ ਇਹਨੂੰ। ਮੈਂ ਪੁੱਤ ਕੋਈ ਗੱਲ ਨਹੀਂ, ਤੇਰਾ ਬਚਾਅ ਹੋ ਗਿਆ, ਜੇ ਕਿਤੇ ਮਨ ਕਰ ਬਹਿੰਦੀ ਤੇ ਉੱਤੇ ਤੇਰਾ ਸਾਹ ਹੋ ਜਾਣਾ ਹੀ ਉੱਤੇ ਥੱਲੇ। ਨਹੀਂ ਥੋੜ੍ਹੀ ਜਿਹੀ ਹੈ ਨਾ, ਇਹਨਾਂ ਨੇ ਰੇਤੇ 'ਤੇ ਆ ਕੇ ਸਪੀਡ ਫੜ ਲਈ ਹੁਣ, ਥੋੜ੍ਹਾ ਜਿਹਾ ਤੇਜ਼ ਹੋ ਗਿਆ ਕਿਉਂਕਿ ਇਹ ਰੇਤੇ ਦੇ ਜਹਾਜ਼ ਹੈ। ਸਹੀ ਗੱਲ ਹੈ, ਪਤਾ ਤੈਨੂੰ ਮਾਰੂਥਲਾਂ 'ਚ ਜਹਾਜ਼ ਕਿਹਾ ਜਾਂਦਾ ਇਹਨਾਂ ਨੂੰ, ਊਠਾਂ ਨੂੰ। ਆਮ ਨਹੀਂ ਹੈਗੇ, 6-6 ਮਹੀਨੇ ਪਾਣੀ ਨਹੀਂ ਪੀਂਦੇ ਇਹ, ਇੱਕੋ ਵਾਰੀ ਪਾਣੀ ਪੀ ਕੇ ਸਟੋਰ ਕਰ ਲੈਂਦੇ ਆ। ਵਾਹ ਜੀ ਵਾਹ, ਇੰਨਾ ਸੋਹਣਾ ਮੌਸਮ ਹੋਵੇ ਤੇ ਥੱਲੇ ਊਂਠ ਹੋਵੇ, ਕਿਆ ਬਾਤ ਆ। ਇੱਕ ਗੱਲ ਮਾੜੀ ਹੋ ਗਈ, ਜਿਹੜਾ ਟੈਂਟ ਨਹੀਂ ਲਾਉਣ ਦਿੰਦੇ। ਹਾਂ, ਜੇ ਕਿਤੇ ਟੈਂਟ ਲਾਉਣ ਦੇਂਦੇ ਨਾ, ਫਿਰ ਥੋੜ੍ਹਾ ਜਿਹਾ ਹੋਰ ਡੀਪਲੀ ਦਿਖਾਅ ਹੋ ਜਾਣਾ ਸੀ। ਹੁਣ ਸਾਨੂੰ ਇਹ ਵੀ ਟੈਨਸ਼ਨ ਰਹਿਣੀ ਆ ਕਿ ਇੱਥੋਂ ਦਬਾ ਦਬ ਨਿਕਲਿਆ ਜਾਵੇ, ਟਿਕਾਣਾ ਲੱਭੀ, ਜਾ ਕੇ ਟਿਕਾਣਾ ਲੱਭੀਏ। ਵਾਹਿਗੁਰੂ ਜੀ, ਲਾਲ ਝੰਡੀ ਆ ਗਈ ਆ, ਪੈਸੇ ਅੱਧੇ ਖਤਮ ਹੋ ਗਏ, ਮੁੱਕਣ ਲੱਗੇ, ਮੁੱਕਣ ਲੱਗਾ ਇਹਨਾਂ ਦਾ ਪੈਟਰੋਲ, ਮੁੱਕਣ ਲੱਗਾ।
ਵਾਪਸੀ ਗੇੜ ਤੇ ਲੈ ਜਾਣਾ ਇਹਨਾਂ ਨੇ ਇੱਥੋਂ ਕੇ ਘੁਮਾ ਕੇ। ਅੱਛਾ ਦੂਜਾ ਕਿਹੜਾ ਸੀਗਾ ਮੰਨੇ ਉਹ ਪੀਲਾ ਹਨਾ ਜਿਹੜਾ ਅਗਲਾ ਆਇਆ ਨਾ? ਹਾਂਜੀ ਰੈੱਡ ਫਲੈਗ ਦੇ ਕੋਲ ਆ ਜਾਂਦੇ ਹਾਂ ਫਿਰ ਨਾ ਇੱਥੇ ਫੋਟੋਗ੍ਰਾਫੀ ਚੱਲਦੀ ਆ ਤੇ ਫੋਟੋਆਂ ਸਾਰੇ ਖਿੱਚ ਲੈਂਦੇ ਨੇ ਇੱਥੇ। ਪਰ ਮਨ ਕੌਰ ਵਾਲਾ ਦਿਲਾ ਕਿੱਦਾਂ ਸ਼ਾਨ ਨਾਲ ਖੜਾ ਹੈ ਨਾ ਤਾਂ ਨੂੰ ਧੋਣ ਕਰਕੇ ਇੱਧਰ ਕਿੱਦਾਂ ਥੜਾ ਜਿੱਦਾਂ ਕਿਤੇ ਇਹਨੂੰ ਕੋਈ ਖਾਣ ਨੂੰ ਨੀ ਮਿਲਿਆ ਹੁੰਦਾ ਇੱਧਰ ਧੋਣ ਸਿੱਟੀ ਉਹ ਥੱਲੇ ਨੂੰ। ਹਾਂ ਕਹਿੰਦੇ ਹੱਥ ਛੱਡੋ ਰੋਟੀ ਖਾਣ ਤੋਂ ਹਨਾ ਘੱਟੋ ਘੱਟ ਤਿੰਨ ਚਾਰ ਕੁ ਘੰਟਿਆਂ ਬਾਅਦ ਬਹਿਣਾ ਚਾਹੀਦਾ ਇਹਦੇ ਉੱਪਰ, ਨਹੀਂ ਤਾਂ ਇਹਨੇ ਉਹ ਜਿਹੜਾ ਮਿਕਸਚਰ ਜਿਹਾ ਬਣਿਆ ਹੁਣ ਅੰਦਰ ਉਹ ਬਾਹਰ ਕੱਢ ਦੋ। ਤਿੰਨਾ ਘੰਟੇ ਬਾਅਦ ਇੱਦਾਂ ਵੀ ਪਚ ਜਾਊਗੀ ਇਹਨਾਂ ਦੇ ਹੋ ਚੁੱਕੇ ਨਾ, ਜੇ ਉਸੇ ਵੇਲੇ ਬਹਿ ਕੇ ਤਾਂ ਨਿਕਲ ਜਾਊਗੀ। ਸਹੀ ਗੱਲ ਹੈ। ਬਾਕੀ ਨਾ ਇਹ ਜਦੋਂ ਵਾਪਸੀ ਕਰਦੇ ਨੇ ਥੋੜੀ ਜਿਹੀ ਥੱਲੇ ਨੂੰ ਢਲਾਣ ਕਰਕੇ ਹਨਾ ਸਪੀਡ ਤੇਜ਼ ਖਿੱਚਲ ਹੋ ਜਾਂਦੀ ਇਹਨਾਂ ਦੀ ਤੇ ਫਿਰ ਡਰ ਲੱਗਦਾ ਵੀ ਡਿੱਗ ਨਾ ਜਾਈਏ। ਤੇ ਇਹਨਾਂ ਦੇ ਡਰਾਈਵਰ ਸਾਹਿਬ ਵੀ ਕਹਿੰਦੇ ਨੇ ਕਿ ਦੋਨੇ ਹੱਥਾਂ ਨਾਲ ਰੱਸੀ ਫੜ ਕੇ ਰੱਖੋ ਜਨਾਬ। ਹਾਂ ਤੇ ਪ੍ਰੈਸ਼ਰ ਥੋੜਾ ਪਿੱਛੇ ਨੂੰ ਰੱਖੋ। ਹੋ ਗਿਆ ਠੀਕ ਹੈ, ਸ਼ੁਕਰ ਹੈ ਪਰਮਾਤਮਾ ਦਾ, ਹੁਣ ਬਸ ਉੱਤਰ ਲੱਗੇ ਦੇਖਣਾ ਆਪਾਂ। ਸਹੀ ਗੱਲ ਹੈ, ਮਿਸ਼ਨ ਹੀ ਹੈ ਵੀ ਦੇ ਲੈ ਪੈਸੇ ਦੇ ਕੇ ਬੈਪਤਾ ਚ ਪੀਊ ਫਿਰ ਡਿੱਗ ਨਾ ਜਾਈਏ। ਥੈਂਕ ਯੂ। ਸੋ ਮਨ ਨੂੰ ਇਹ ਲੈ ਕੇ ਗਿਆ ਸੀਗਾ ਡਰਾਈਵਰ ਸੀ ਨਾ। ਸੋ ਆਪਣੇ ਵਾਲਾ ਆ ਸੀਗਾ, ਇਹ ਨਾ ਉਤਰਨ ਦੇ ਟਾਈਮ ਨਾ ਕਾਫੀ ਝਟਕਾ ਲੱਗਦਾ ਇਹਦਾ ਹਨਾ। ਸੋ ਠੀਕ ਹੈ ਜੀ, ਰਾਈਡ ਆਪਾਂ ਲੈ ਲਈਏ ਤੇ ਤੁਹਾਨੂੰ ਆਪਾਂ ਦੱਸ ਵੀ ਦਿੱਤਾ ਤੇ ਥੋੜੇ ਰੇਤੇ ਦੇ ਏਰੀਏ ਵੀ ਦਿਖਾ ਦਿੱਤੇ ਨੇ। ਸੋ ਹੁਣ ਆਪਾਂ ਵਾਪਸੀ ਕਰਦੇ ਹਾਂ ਨਾ, ਰਾਈਡ ਆਪਣੀ ਕੰਪਲੀਟ ਹੋ ਗਈ ਤੇ ਹੁਣ ਆਪਾਂ ਨਾ ਬੈਕ ਟੂ ਪਹਿਲਾਂ ਤਾਂ ਮੋਟਰਸਾਈਕਲ ਦੇ ਕੋਲ ਜਾਈਏ ਤੇ ਫਿਰ ਨਾ ਆਪਾਂ ਕੈਂਪਿੰਗ ਲਈ ਟੈਂਟ ਲਾਉਣ ਦੇ ਲਈ ਕੋਈ ਏਰੀਆ ਕੋਈ ਸਪੋਟ ਲੱਭੀਏ। ਹਾਂਜੀ ਕਿਉਂ ਮਨ ਕਰੇ, ਜ਼ਰੂਰੀ ਆ ਕਿਉਂਕਿ ਮੌਸਮ ਵੀ ਖਰਾਬ ਹੈ ਨਾ। ਸੋ ਲਓ ਜੀ ਫਾਈਨਲੀ ਆਪਾਂ ਨੂੰ ਜਗ੍ਹਾ ਮਿਲ ਹੀ ਗਈ ਤੇ ਜਿੱਥੇ ਆਪਾਂ ਟੈਂਟ ਲਾਉਣਾ, ਪਹਿਲਾਂ ਆਪਾਂ ਸਮਾਨ ਲਾ ਲਈਏ ਟੈਂਟ ਲਾ ਲਈਏ ਫਿਰ ਤੁਹਾਨੂੰ ਦੱਸਦੇ ਹਾਂ ਜਗ੍ਹਾ ਕਿੱਥੇ ਮਿਲੀ ਹੈ। ਆਹ ਨਾ ਪੂਰਾ ਬੱਦਲ ਵਾਲਾ ਮਾਹੌਲ ਸੀ ਇਸ ਲਈ ਅਸੀਂ ਸੋਚ ਰਹੇ ਸੀਗੇ ਕਿ ਕਮਰੇ ਦੇ ਅੰਦਰ ਲਾਇਆ ਜਾਵੇ। ਵੈਸੇ ਤਾਂ ਸਾਡੇ ਕੋਲ ਉਹ ਵਾਲੀ ਜਗ੍ਹਾ ਵੀ ਸੀਗੀ ਜਿੱਥੇ ਅਸੀਂ ਪਹਿਲਾਂ ਉੱਦਣ ਵੀ ਰੋਕ ਕੇ ਗਏ ਹਾਂ ਨਾ, ਪਰ ਇਹਦਾ ਹਾਲ ਚਾਲ ਬੜਾ ਖਰਾਬ ਹੋਇਆ, ਰਾਤ ਨੂੰ ਫਿਰ ਠਾੜੂਗਾ, ਇਸ ਲਈ ਆਪਾਂ ਨਵੇਂ ਕਮਰੇ ਬਣ ਰਹੇ ਸੀ ਉਹ ਲੈ ਲਿਆ ਸੀ ਕਮਰਾ, ਉਹਦੇ ਅੰਦਰ ਅਸੀਂ ਟੈਂਟ ਲਾ ਲਾਂਗੇ ਰਾਤ ਹੀ ਸੋਣਾ। ਸੋ ਆਪਣਾ ਜੀ ਟੈਂਟ ਉਹ ਲੱਗਾ ਹੈ ਅੰਦਰ, ਆਪਾਂ ਰੂਮ ਦੇ ਅੰਦਰ ਟੈਂਟ ਲਾ ਲਿਆ, ਇੱਥੇ ਨਾ ਰੂਮ ਬਣ ਰਹੇ ਨੇ ਅਤੇ ਹਾਲਾਤ ਤੁਸੀਂ ਸਾਰੇ ਦੇਖ ਲਓ, ਉੱਪਰ ਬੱਦਲ ਬਾਹਲਾ ਹੀ ਹੋਇਆ, ਸਾਹਮਣੇ ਵਾਲੇ ਪਹਾੜ ਤਾਂ ਫਿਰ ਬਰਫ਼ ਨਾਲ ਭਰ ਗਿਆ ਜਿੱਥੇ ਤੁਹਾਨੂੰ ਬਰਫ਼ ਦਿਖਾਈ ਸੀ। ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਬਰਫ਼ ਪੈਣੀ ਸੀ, ਹੁਣ ਪਹਾੜਾਂ 'ਤੇ ਬਰਫ਼ ਪੈ ਗਈ। ਸੋ ਠੀਕ ਹੈ ਜੀ, ਵਲੌਗ ਚਾਹੇ ਛੋਟਾ ਹੋਇਆ ਚਾਹੇ ਬੜਾ ਹੋਇਆ ਅਕਸੈਪਟ ਕਰਿਓ ਇੱਦਾਂ ਹੀ, ਅਤੇ ਜੇ ਪਸੰਦ ਆਇਆ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ। ਸੋ ਮਿਲਦੇ ਹਾਂ ਕੱਲ ਨੂੰ ਨਵੇਂ ਰੋਡ 'ਤੇ ਨਵੇਂ ਬੰਦਾ ਨਾਲ, ਸੋ ਸਾਨੂੰ ਦਿਓ ਇਜਾਜ਼ਤ, ਮਿਲਦੇ ਹਾਂ ਜੀ ਕੱਲ ਨੂੰ, ਜਦ ਤੱਕ ਲਈ ਰੱਬ ਰਾਖਾ, ਗੁੱਡ ਨਾਈਟ, ਬਾਏ ਬਾਏ, ਮੋਰਨਿੰਗ ਮਿਲਦੇ।